ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਰਕਾਰਾਂ ਜਾਂ ਖਿਡਾਰੀਆਂ ਦੇ ਕਿੰਨਾ ਕੰਮ ਹੋ ਰਿਹਾ ਵੀ ਲੋੜ ਹੈਗੀ ਹੈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਕਿ ਕਾਫੀ ਕੰਮ ਹੋ ਰਿਹਾ? ਹਾਂਜੀ, ਸਰਕਾਰਾਂ ਕਰਦੀਆਂ ਤਾਂ ਬਹੁਤ ਕੁਛ ਨੇ ਪਰ ਸਰਕਾਰਾਂ ਆਪ ਪੈਸੇ ਕਰੀਓ ਉਹਨਾਂ ਸਹਿਯੋਗ ਨਹੀਂ ਦੇ ਰਹੀ ਹੈ ਜਿੰਨਾ ਮਤਲਬ ਪਲੇਅਰ ਨੂੰ ਦੇਣਾ ਚਾਹੁੰਦਾ ਹੈ। 14 ਸਾਲ ਹੋ ਗਏ ਮੈਨੂੰ ਕੰਟੀਨਿਊ ਇੰਡੀਆ 'ਚੋਂ ਫਸਟ ਆਉਂਦੇ ਨੂੰ। ਮੈਨੂੰ ਹਰੇਕ ਵਾਰੀ ਔਫਰ ਆਉਂਦੀ ਹੈ ਕਿ ਵੀ ਤੁਸੀਂ ਏਸ਼ੀਆ ਵਾਸਤੇ ਮਤਲਬ ਕਿਤੇ ਵੀ ਹੋ ਰਹੀ ਹੈ, ਜਪਾਨ ਹੋ ਰਿਹਾ ਹੈ ਜਾਂ ਕੈਨੇਡਾ ਹੋ ਰਿਹਾ ਹੈ ਜਾਂ ਮਲੇਸ਼ੀਆ ਹੋ ਰਿਹਾ ਹੈ, ਕਿਤੇ ਵੀ ਹੁੰਦਾ ਉੱਥੇ ਵਾਸਤੇ ਔਫਰ ਆਉਂਦੀ ਹੈ। ਮੈਨੂੰ ਲੈਟਰ ਆਉਂਦਾ ਬਕਾਇਦਾ ਉੱਥੋਂ ਪੰਜਾਬ 'ਚੋਂ ਵੀ ਤੂੰ ਇੰਨੇ ਪੈਸੇ ਭਰ, 1-1.5 ਲੱਖ ਰੁਪਈਆ ਤਕਰੀਬਨ 1.5 ਲੱਖ ਰੁਪਈਆ ਲੱਗਦਾ ਹੈ ਉੱਥੇ ਜਾਣ ਦਾ। ਉਹਦੇ ਵਿੱਚ ਸਾਨੂੰ ਕਿਰਾਇਆ ਰਾਜਾ ਪ੍ਰਜਾ ਦੀ ਸੁਣਦਾ ਹੁੰਦਾ ਨਾ ਕਿ ਰਾਜਾ ਹੈਂਕਰਬਾਜ਼ੀ ਕਰਦਾ ਹੁੰਦਾ, ਉਹ ਤਾਂ ਡਿਕਟੇਟਰਸ਼ਿਪ ਹੋਊ। ਇਹ ਡਿਕਟੇਟਰਸ਼ਿਪ ਕਰ ਰਿਹਾ ਤਾਂ ਗੌਰਮੈਂਟ ਤਾਂ ਡਿਕਟੇਟਰਸ਼ਿਪ ਕਰ ਰਹੀ ਹੈ। ਹੁਣ ਇਹ ਹੱਲ ਕੱਢਣ ਦਾ ਕੰਮ ਨਹੀਂ ਹੈ ਕੋਈ, ਕਿਸਾਨ ਵਿਚਾਰੇ ਬਹੁਤ ਮਜ਼ਬੂਤ ਹੋ ਕੇ ਤੇ ਬੜਾ ਹੀ ਉਹ ਕਰਕੇ ਬੈਠੇ ਹੋਏ ਨੇ। ਇਹਨਾਂ ਦੀ ਮੰਨਣੀ ਚਾਹੀਦੀ ਹੈ, ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਹੋਣੇ ਚਾਹੀਦੇ। ਕਹਿੰਦੇ ਆ ਤੁਸੀਂ ਵੀ ਉਮਰ ਕਾਫੀ ਤੁਹਾਡੀ 70 ਸਾਲ ਦੀ ਦੱਸ ਰਹੇ ਹੋ, ਪ੍ਰਵੇਸ਼ ਕਰ ਗਏ 70 ਸਾਲ ਦਾ, ਵੀ ਇਹ ਜਿਹਾ ਆਪਾਂ ਨੂੰ ਭਾਰਤ ਨੂੰ ਪ੍ਰਧਾਨ ਮੰਤਰੀ ਨਹੀਂ ਮਿਲਿਆ, ਇਹ ਕਿੰਨੀ ਗੱਲ ਸੱਚ ਲੱਗਦੀ ਹੈ? ਲੋਕਤੰਤਰ ਖਤਮ ਹੋ ਰਿਹਾ। ਲੋਕਾਂ ਦੀ ਆਵਾਜ਼ ਨਾ ਜਿਹੜੀ ਉਹ ਗੌਡ ਦੀ ਆਵਾਜ਼ ਹੁੰਦੀ ਹੈ, ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਹੁਣ ਲੋਕ ਸਾਰੇ ਇਹ ਕਹਿ ਰਹੇ ਨੇ ਵੀ ਇਦੋਂ ਪਹਿਲਾਂ ਜਿੰਨੇ ਪ੍ਰਧਾਨ ਮੰਤਰੀ ਆਏ ਉਹਨਾਂ ਸਾਰੇ ਪ੍ਰਧਾਨ ਮੰਤਰੀਆਂ ਤੋਂ ਇਹ ਮਤਲਬ ਡਿਕਟੇਟਰ ਪ੍ਰਧਾਨ ਮੰਤਰੀ ਹੈ। ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਗੱਤਕਾ ਗਲੋਬਲ ਟੀਵੀ ਤੇ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਬਠਿੰਡਾ, ਜਿੱਥੇ ਤੁਹਾਨੂੰ ਮਿਲਾਵਾਂਗੇ ਥਰੋ ਤੇ ਬੇਸਬਾਲ ਦੇ ਨੈਸ਼ਨਲ ਪੱਧਰ ਤੇ ਖੇਡਣ ਵਾਲੇ ਖਿਡਾਰੀ, 75 ਸਾਲਾ ਖਿਡਾਰੀ ਸੁਖਦੇਵ ਸਿੰਘ, ਜਿਨ੍ਹਾਂ ਨੇ ਨੌਕਰੀਆਂ ਦੇ ਦੌਰਾਨ ਵੀ ਬੜਾ ਨਾਮਣਾ ਖੱਟਿਆ ਤੇ ਹੁਣ ਵੀ ਉਹ ਲਗਾਤਾਰ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਹੋਰ ਗੱਲਾਂ ਬਾਤਾਂ ਉਹਨਾਂ ਤੋਂ ਜਾਣਾਂਗੇ। ਹਾਂਜੀ ਸਵਾਗਤ ਆ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਤੇ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਜੀ, ਸਾਨੂੰ ਇਹ ਦੱਸੋ ਵੀ ਜਿਹੜਾ ਇਹ ਤੁਹਾਡਾ ਖੇਡਾਂ ਦਾ ਰੁਝਾਨ ਕਿਵੇਂ ਸ਼ੁਰੂ ਹੋਇਆ? ਬਚਪਨ ਤੋਂ ਵੀ ਮੈਂ ਜਦੋਂ ਛੋਟਾ ਹੁੰਦਾ ਸੀ ਅਸੀਂ ਉਦੋਂ ਤੋਂ ਖੇਡਣ ਲੱਗ ਗਏ ਸੀਗੇ। ਖੇਡਣ ਤੋਂ ਬਾਅਦ ਜਦੋਂ ਮੈਂ ਸਕੂਲ ਗਿਆ, ਸਕੂਲ ਦੇ ਵਿੱਚ ਵੀ ਮੈਂ ਖੇਡਾਂ ਖੇਡਦਾ ਸੀਗਾ। BS ਹਾਈ ਸਕੂਲ ਫੇਹ ਦੇ ਵਿੱਚੋਂ ਮੈਂ 10ਵੀਂ ਪਾਸ ਕੀਤੀ ਹੈ। ਉੱਥੇ ਵੀ ਮੈਂ ਗੋਲਾ, ਪੇਸ਼ਕਸ ਤੇ ਵਾਲੀਬਾਲ ਬਹੁਤ ਹੀ ਤਕੜਾ ਪਲੇਅਰ ਸੀਗਾ। ਉਸ ਤੋਂ ਬਾਅਦ ਮੈਨੂੰ ਇਹ ਰੁਝਾਨ ਪੈ ਗਿਆ। 10ਵੀਂ ਕਰਨ ਉਪਰੰਤ ਮੈਂ ਚਲਾ ਗਿਆ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋ ਗਿਆ। ਸਿੱਖ ਰੈਜੀਮੈਂਟ ਚ ਭਰਤੀ ਕਿਹੜੇ ਸਾਲ ਦੀ ਗੱਲ ਹੈ ਜੀ? ਸਾਲ 1962 ਸੀ ਜੀ। ਅੱਛਾ, 17 ਜਨਵਰੀ 1962 ਨੂੰ ਮੈਂ 6 ਸਿੱਖ ਵਿੱਚ ਭਰਤੀ ਹੋ ਗਿਆ ਸੀ। ਤੇ ਉਸ ਤੋਂ ਬਾਅਦ ਫਿਰ ਮੈਂ ਰੰਗਰੂਟੀ ਕਰਨ ਤੋਂ ਉਪਰੰਤ ਰੰਗਰੂਟੀ ਦੇ ਵਿੱਚ ਵੀ ਮੈਂ ਬਹੁਤ ਹੀ ਵਧੀਆ ਬੈਸਟ ਪਲੇਅਰ ਰਿਹਾ ਸਿੱਖ ਰੈਜੀਮੈਂਟ ਦਾ। ਤੇ ਉਸ ਤੋਂ ਬਾਅਦ ਫਿਰ ਅਸੀਂ ਬਾਹਰ ਦੀ ਲੜਾਈ ਲੜੀ, ਚਾਈਨਾ ਦੀ ਲੜਾਈ ਲੜੀ ਬਾਹਰ ਦੀ। ਚਾਈਨਾ ਦੀ ਲੜਾਈ ਲੜਨ ਤੋਂ ਬਾਅਦ ਫਿਰ ਅਸੀਂ ਬਾਹਰ ਫਿਰੋਜ਼ਪੁਰ ਆ ਗਏ। ਫਿਰੋਜ਼ਪੁਰ ਆ ਕੇ ਫਿਰ ਚਲੀ ਗਈ ਹੈ, ਉਦੋਂ ਤੋਂ ਹੀ ਖੇਡ ਰਿਹਾ ਮੈਂ। ਤੇ ਜਿਵੇਂ ਤੁਸੀਂ ਫੌਜ 'ਚ ਵੀ ਗਏ ਸੀਗੇ ਤੇ ਪਰਿਵਾਰ ਦਾ ਕਿੱਦਾਂ ਸੀਗਾ ਵੀ ਜਿਹੜਾ ਨਾਲ ਖੇਡਦੇ ਤੁਸੀਂ ਉਦੋਂ ਮਾਹੌਲ ਵੀ ਇਸ ਤਰ੍ਹਾਂ ਦਾ ਸੀਗਾ, ਕੀ ਸੋਚਦੇ ਉਹਦੇ ਬਾਰੇ? ਨਹੀਂ ਕੁਛ ਨਹੀਂ ਸੋਚਦੇ ਸੀ, ਬਸ ਸਾਡਾ ਤਾਂ ਮੇਰਾ ਤਾਂ ਇੱਕੋ ਹੀ ਏਮ ਸੀ ਕਿ ਵੀ ਮੈਂ ਬਸ ਖੇਡਣਾ ਹੈ। ਖੇਡਣ ਦਾ ਮੈਨੂੰ ਇੰਨਾ ਸ਼ੌਂਕ ਸੀ, ਮੈਨੂੰ ਬਾਡੀ ਬਣਾਉਣ ਦਾ, ਖਾਣ ਪੀਣ ਦਾ ਮੈਨੂੰ ਇੰਨਾ ਸ਼ੌਂਕ ਸੀ ਕਿ ਮੈਂ ਬਹੁਤ ਹੀ ਵਧੀਆ ਖਿਡਾਰੀ ਬਣਾ ਔਰ ਮੈਂ ਬਣਿਆ ਵੀ ਖਿਡਾਰੀ। ਇੰਨੀ ਮਿਹਨਤ ਕੀਤੀ ਹੈ ਮੈਂ ਬਾਸਵਾਲ, ਮੈਂ ਹਾਲਾਂਕਿ ਬਾਸਵਾਲ ਸਾਡੇ ਇਲਾਕੇ ਵਿੱਚ ਹੈ ਨਹੀਂ, ਮਾਨਸਾ ਮੇਰਾ ਤਹਿਸੀਲ ਸੀ ਪਹਿਲਾਂ, ਹੁਣ ਜ਼ਿਲ੍ਹਾ ਬਣਿਆ। ਸਾਡੇ 'ਚ ਬਾਸਵਾਲ ਦਾ ਕਿਤੇ ਖੰਭਾ ਵੀ ਹੈ ਨਹੀਂ ਸੀ। ਮੇਰੀ ਵਾਲੀਬਾਲ ਬਹੁਤ ਜ਼ਿਆਦਾ ਤਕੜੀ ਸੀ। ਉੱਥੇ ਜਦੋਂ ਮੈਂ ਜਾਂਦਾ ਦੇਖਿਆ ਮੈਂ ਬਾਸਵਾਲ ਦੇਖੀ ਕਿ ਬਾਸਵਾਲ ਯਾਰ ਇਹ ਗੇਮ ਬਹੁਤ ਵਧੀਆ ਗੇਮ ਹੈ। ਮੈਂ ਫਿਰ ਸੁਖਬੀਰ ਸਾਹਿਬ ਨੂੰ ਆਖਿਆ ਵੀ ਮੇਰੀ ਵਾਲੀਬਾਲ ਤਾਂ ਪਹਿਲਾਂ ਤੋਂ ਪੈਟ ਗਈ, ਮੈਂ ਜਦੋਂ ਮਰਜ਼ੀ ਖਿਲਾ ਲਓ ਮੈਂ ਐਂ ਖੇਡ ਲੂੰ। ਅਤੇ ਲੇਕਿਨ ਮੈਂ ਬਾਸਵਾਲ ਖੇਡਣਾ ਮਤਲਬ ਸਿੱਖਣਾ ਚਾਹੁੰਦਾ ਥੋੜ੍ਹੀ। ਮੈਂ ਉੱਥੇ ਉਸੇ ਰੰਗਰੂਟੀ ਦੇ ਵਿੱਚ ਹੀ ਮੈਂ ਮਤਲਬ 5-6 ਟੂਰਨਾਮੈਂਟ ਖੇਡਿਆ ਸੀਗਾ। ਮੈਂ ਇੰਨੀ ਜਲਦੀ ਉਹ ਕੀਤਾ, ਤਰੱਕੀ ਕੀਤੀ ਸੀਗੀ। ਤੁਸੀਂ ਫੌਜ 'ਚ ਸੀਗੇ ਉਦੋਂ, ਤੁਸੀਂ ਪੰਜਾਬ ਪੱਧਰ 'ਤੇ ਖੇਡੇ ਸੀ ਕਿ ਉਦੋਂ ਹਜੇ ਇੰਨਾ ਨਹੀਂ ਸੀਗਾ? ਹਾਂ, ਪੰਜਾਬ ਪੱਧਰ ਦਾ ਖੇਡਿਆ ਹੋਇਆ ਸੀ ਮੈਂ ਪੰਜਾਬ ਦਾ ਮੇਰੇ ਕੋਲ ਕਲਰ ਸੀਗਾ, ਪੰਜਾਬ ਦਾ ਕਲਰ ਲਿਆ ਹੋਇਆ ਸੀਗਾ ਮੈਂ। ਅਤੇ ਪੰਜਾਬ ਦਾ ਕਲਰ ਹੋਣ ਦੇ ਨਾਤੇ ਫਿਰ ਮੈਨੂੰ ਉੱਥੇ ਬਹੁਤ ਫੈਸਿਲਿਟੀਆਂ ਬਹੁਤ ਮਿਲਦੀਆਂ ਸੀਗੀਆਂ। ਸਪੈਸ਼ਲੀ ਮੈਨੂੰ 1 ਕਿਲੋ ਦੁੱਧ ਅਤੇ 2 ਆਂਡੇ ਪੱਕੇ ਮੇਰੇ ਲਾਏ ਹੋਏ ਸੀਗੇ। ਮੈਂ ਵਾਲੀਬਾਲ, ਬਾਸਕਟਬਾਲ, ਗੋਲਾ ਅਤੇ ਡਿਸਕਸ ਇਹ ਮੈਂ ਕਰਦਾ ਰਿਹਾ। ਹੌਲਦਾਰ ਮੈਂ 5 ਸਾਲਾਂ ਬਾਅਦ ਮੈਂ ਹੌਲਦਾਰ ਬਣ ਗਿਆ ਸੀ। ਫੌਜ 'ਚ ਕਦੋਂ ਆਏ ਹੋ ਤੁਸੀਂ? ਮੈਂ 31 ਮਈ 1977 ਨੂੰ ਮੈਂ ਰਿਟਾਇਰ ਹੋਇਆ ਹੌਲਦਾਰ ਰੈਂਕ 'ਚੋਂ। ਅਤੇ ਮੈਂ
77 ਦੇ ਵਿੱਚ ਨਾ 78 ਤੋਂ ਮੈਂ ਇੱਧਰ ਲੱਗ ਗਿਆ ਸੀਗਾ ਆਖੀ ਦੇ ਬਿਜਲੀ ਬੋਰਡ ਦੇ ਵਿੱਚ। ਅੱਛਾ ਹਾਂ, ਬਿਜਲੀ ਬੋਰਡ ਚਲਾ ਕੇ ਫਿਰ ਉਸ ਤੋਂ ਬਾਅਦ 25 ਸਾਲ ਬਿਜਲੀ ਬੋਰਡ ਦੀ ਨੌਕਰੀ ਕੀਤੀ ਹੈ ਮੈਂ। ਅੱਛਾ, ਬਿਜਲੀ ਬੋਰਡ ਦੀ ਟੀਮ ਵੱਲੋਂ ਫਿਰ ਖੇਡਦੇ ਰਹੇ? ਬਿਜਲੀ ਬੋਰਡ ਦੀ ਟੀਮ ਦੇ ਬਾਸਕਟਬਾਲ ਟੀਮ ਵੱਲੋਂ ਵੀ ਖੇਡਦਾ ਰਿਹਾ ਜਦੋਂ ਇੱਥੇ ਥਰਮਲ 'ਚ ਖੇਡਾਂ ਹੁੰਦੀਆਂ ਸੀਗੀਆਂ ਸਾਡਾ। ਮੈਂ ਬਿਲਕੁਲ ਫਸਟ ਆਉਂਦਾ ਹੁੰਦਾ ਸੀ 60 ਫੁੱਟ 'ਚੋਂ, ਔਰ ਡਿਸਕਸ 'ਚੋਂ ਸੈਕਿੰਡ ਆਉਂਦਾ ਹੁੰਦਾ ਸੀਗਾ। ਹਰ ਸਾਲ ਬਾਅਦ ਮੇਰੇ ਕੋਲ ਬਿਜਲੀ ਬੋਰਡ ਦੇ ਵੀ ਆ ਪਏ ਮੈਡਲ, ਮੇਰੇ ਕੋਲ 40-45 ਮੈਡਲ ਪਏ ਨੇ ਅਤੇ 40-45 ਮੇਰੇ ਕੋਲ ਸਰਟੀਫਿਕੇਟ ਪਏ ਨੇ। ਮੈਂ ਹਿੱਸਾ ਲੈਂਦਾ ਰਿਹਾ ਉਹਨਾਂ 'ਚ, ਫਸਟ ਸੈਕਿੰਡ ਆਉਂਦਾ ਰਿਹਾ। ਤੇ ਇਹ 'ਚੋਂ ਜਿਵੇਂ ਉਮਰ 58 ਸਾਲ ਤੁਸੀਂ ਰਿਟਾਇਰ ਹੋਏ ਹੋ, ਤੇ ਫਿਰ ਕੀ ਕਿੰਨੀ ਖੁਰਾਕ ਰਹਿੰਦੀ ਸੀਗੀ ਤੁਹਾਡੀ? ਖੁਰਾਕ ਮੇਰੀ ਖੁਰਾਕ ਪੂਰੀ ਵਧੀਆ ਰਹੀ ਸੀ। ਮੈਂ ਇੱਥੇ ਜਦੋਂ ਮੈਂ ਆ ਕੇ ਇੱਥੇ ਮਕਾਨ ਬਣਾ ਲਿਆ, ਉਸ ਤੋਂ ਬਾਅਦ ਫਿਰ ਮੈਂ ਇੱਥੇ ਮੈਂ ਵੀ ਰੱਖੀ ਹੈ, ਦੋ ਵੀ ਰੱਖੀਆਂ ਮੰਝਾਂ। ਮੈਨੂੰ ਆਪਦੇ ਖਾਣ ਦਾ ਸ਼ੌਂਕ ਸੀ, ਮੈਂ ਆਪ ਦੁੱਧ ਪੀਂਦਾ ਸੀ ਚੰਗਾ ਵਧੀਆ, ਮੱਖਣੀ ਅਤੇ ਘਿਓ ਖਾਂਦਾ ਸੀ, ਅਤੇ ਮੇਨਟੇਨ ਕਰਕੇ ਰੱਖਿਆ ਸਰੀਰ ਨੂੰ ਬਿਲਕੁਲ ਸਰ ਪੂਰੀ। ਹੁਣ ਜਿਵੇਂ 58 ਸਾਲ ਤੋਂ ਬਾਅਦ ਤੁਸੀਂ ਰਿਟਾਇਰ ਹੋਏ, ਹੁਣ ਤੁਸੀਂ 75 ਸਾਲ, ਇਹਨਾਂ ਸਾਲਾਂ ਦੌਰਾਨ ਤੁਸੀਂ ਬਾਸਬਾਲ ਲਈ ਜਾਂ ਜਿਹੜੇ ਥਰੋ ਤੁਸੀਂ ਕਰਦੇ ਹੋ ਇਹਨਾਂ ਲਈ ਕਿੱਥੇ ਕਿੱਥੇ ਗਏ, ਕੀ ਕਿੰਨੇ ਤੁਸੀਂ ਇਨਾਮ ਪ੍ਰਾਪਤ ਕੀਤੇ, ਕੀ ਪ੍ਰਾਪਤੀ ਕੀਤੀਆਂ? ਹਾਂਜੀ, ਬਾਸਕਟਬਾਲ ਦੇ ਵਿੱਚ ਮੈਂ ਇੰਡੀਆ ਖੇਡਿਆ ਹੋਇਆ, ਸਬਸਿਡੀ ਟੀਮ ਵੱਲੋਂ ਇੰਡੀਆ ਖੇਡਿਆ ਹੋਇਆ, ਮੇਰੇ ਕੋਲ ਕਲਰ ਹੋਲਡਰ ਹੈ, ਮੈਨੂੰ ਕੋਟ ਵੀ ਮਿਲਿਆ ਸੀ, ਟਾਈ ਵੀ ਮਿਲੀ ਸੀ ਉਹਦੇ ਵੱਲੋਂ। ਉਸ ਤੋਂ ਬਾਅਦ ਫਿਰ ਮੈਂ ਇੱਧਰ ਜਦੋਂ ਇੱਥੋਂ ਮੈਂ ਰਿਟਾਇਰਮੈਂਟ ਲੈ ਲਈ, ਉਸ ਤੋਂ ਬਾਅਦ ਫਿਰ ਮੈਂ ਬੈਟਨ 'ਚ ਜਾਣ ਲੱਗ ਗਿਆ 60 ਸਾਲ ਤੋਂ ਉੱਪਰ। 60 ਸਾਲ ਤੋਂ ਬਾਅਦ ਮੈਂ ਲਗਾਤਾਰ ਕੰਟੀਨਿਊ, ਹੁਣ ਐਟ ਪ੍ਰੈਜੈਂਟ ਆਹ ਮੈਂ ਜਿਹੜੇ 3 ਮੈਡਲ ਲੈ ਕੇ ਆਇਆ, ਇਹ 3 ਮੈਡਲ ਨੇ ਜਿਹੜੇ ਮੇਰੇ, ਇਹ ਓਪਨ ਪੰਜਾਬ ਹੋਈ ਸੀ ਮਸਤੂਆਣਾ ਸਾਹਿਬ, ਉਹਦੇ ਵਿੱਚੋਂ ਮੈਂ 3 ਮੈਡਲ ਲੈ ਕੇ ਆਇਆ, ਇਹ 2 ਸੋਨੇ ਦੇ 1 ਚਾਂਦੀ ਦਾ। ਹੁਣ ਅਸੀਂ ਝਾਰਖੰਡ ਜਾਣਾ ਹੈ, ਇੰਡੀਆ ਸਾਡੀ ਝਾਰਖੰਡ ਹੋ ਰਹੀ ਹੈ, ਝਾਰਖੰਡ ਦੇ ਵਿੱਚ ਹੁਣ ਹਿੱਸਾ ਲੈਣ ਜਾਵਾਂਗੇ ਇੰਡੀਆ 'ਚੋਂ, ਉੱਥੋਂ ਵੀ ਮੈਂ ਮੈਡਲ ਲੈ ਕੇ ਆਊਂਗਾ। ਇਸ ਕਰਕੇ ਮੈਂ ਹੁਣ ਤੱਕ ਕੰਟੀਨਿਊਸਲੀ ਕੋਈ ਸਾਲ ਮਿਸ ਨਹੀਂ ਕੀਤਾ। ਏਸ਼ੀਆ ਦੀਆਂ ਗੇਮਾਂ ਹੋਈਆਂ ਬੰਗਲੌਰ 2005 'ਚ, ਉਹਦੇ ਵਿੱਚ ਹਿੱਸਾ ਲਿਆ, ਫਿਰ ਪੂਨੇ ਹੋਈਆਂ ਸਾਡੀਆਂ ਏਸ਼ੀਆ ਦੀ ਗੇਮਾਂ, ਉਹਦੇ ਵਿੱਚ ਵੀ ਆਇਆ, ਉਹ ਆਹ ਮੇਰਾ ਆਹ ਮੈਡਲ ਪਿਆ ਮੇਰਾ, 3 ਮੈਡਲ ਲੈ ਕੇ ਆਇਆ ਮੈਂ ਉੱਥੋਂ ਵੀ, ਆਹ ਏਸ਼ੀਆ ਦੀਆਂ ਹੋਈਆਂ ਸੀ 3 ਮੈਡਲ, ਤਿੰਨੇ ਥਰੋਆਂ 'ਚ ਮੈਂ 3 ਮੈਡਲ ਲੈ ਕੇ ਆਇਆ, ਸੋਨੇ ਦਾ ਮੇਰਾ ਇਹਦੇ 'ਚ ਵੀ ਫਸਟ ਹੈ। ਅਤੇ ਜਿਵੇਂ ਤੁਸੀਂ ਹੁਣ ਲਗਾਤਾਰ ਆਪਦੇ ਜਿਹੜੇ ਖੇਡ ਵੱਲ ਧਿਆਨ ਦੇ ਰਹੇ ਹੋ, ਜਿਵੇਂ ਤੁਸੀਂ ਨੌਕਰੀਆਂ ਵੀ ਕੀਤੀਆਂ, ਅਤੇ ਤੁਹਾਨੂੰ ਤੁਹਾਡੇ ਜਿਹੜਾ ਸਪੋਰਟਸ ਕੋਟੇ ਕਰਕੇ ਕੋਈ ਵਿਸ਼ੇਸ਼ ਔਫਰ ਦਿੱਤੀ ਹੋਵੇ ਸਰਕਾਰ ਨੇ? ਨਹੀਂ, ਸਰਕਾਰ ਨੇ ਕੋਈ ਨਹੀਂ, ਹਾਂ ਸਰਕਾਰ ਪੈਸਾ ਦਿੰਦੀ ਹੈ ਬੈਠਣ ਵਾਲਿਆਂ ਨੂੰ, ਅਸੀਂ ਆਪਣੇ ਸ਼ੌਂਕ ਪੂਰਾ ਕਰਨ ਵਾਸਤੇ ਆਪਣੇ ਆਪ ਦੇ ਪੈਸੇ ਲਾ ਕੇ ਜਾਂਦੇ ਹਾਂ, ਆਪਦਾ ਹੀ ਕਿਰਾਇਆ ਲਾ ਕੇ ਜਾਂਦੇ ਹਾਂ, ਆਪਦਾ ਹੀ ਉੱਥੇ ਬੁੱਕ ਕਰਾਉਂਦੇ ਹਾਂ ਹੋਟਲ 'ਚ ਕਮਰਾ, ਉਹਦੇ ਵੀ ਅਸੀਂ ਪੈਸੇ ਆਪ ਦਿੰਦੇ ਹਾਂ, ਆਪਦਾ ਹੀ ਸਾਰਾ ਕੁਛ ਖਰਚਾ ਸਾਡਾ ਖਾਣ ਪੀਣ ਦਾ, ਜੇ ਕਿਤੇ ਮਿਲ ਜੇ ਕਿਤੇ, ਕਈ ਵਾਰੀ ਮਿਲ ਜਾਂਦੀ ਹੈ ਵੀ ਉੱਥੇ ਰੋਟੀ ਫਰੀ ਹੁੰਦੀ ਹੈ, ਅਤੇ ਉਹ ਰੋਟੀ ਫਿਰ ਸਾਨੂੰ ਪਸੰਦ ਨਹੀਂ ਆਉਂਦੀ ਕਿਉਂਕਿ ਖੁਰਾਕ ਸਾਡੀ ਵਧੀਆ ਰਹੀ ਹੈ ਪਹਿਲਾਂ, ਇਸ ਕਰਕੇ ਫਿਰ ਬਾਹਰੋਂ ਰੋਟੀ ਖਾਈ ਦੀ ਹੈ ਪੇਮੈਂਟ, ਅਤੇ ਗੌਰਮੈਂਟ ਵੱਲੋਂ ਕੁਛ ਨਹੀਂ ਮਿਲਿਆ। ਹਾਂ, ਮੈਨੂੰ ਮੇਰੀ 6 ਸਕਰਾਜਮੈਂਟ ਨੇ ਸਪੈਸ਼ਲ ਇਨਾਮ ਉਹ ਦਿੱਤਾ ਹੈ, ਇਨਾਮ ਵੀ ਦਿੱਤੇ ਨੇ, ਸਪੈਸ਼ਲ ਕੋਟ ਵੀ ਦਿੱਤਾ, ਅਤੇ ਮੈਨੂੰ ਖੁਰਾਕ ਵੀ ਦਿੰਦੀ ਰਹੀ ਹੈ, ਅਤੇ ਪ੍ਰਮੋਸ਼ਨ ਵੀ ਦਿੱਤਾ ਮੈਨੂੰ, ਸਪੈਸ਼ਲ ਮੈਨੂੰ ਹੋਲਡਰ ਬਣਾਇਆ। ਹਾਂ, ਮੇਰੇ ਮਰਹੂਮ ਜਰਨਲ ਮਹਾਂਵੀਰ ਚੱਕਰਾ KL ਰਤਨ ਸਾਹਿਬ ਮੇਰੇ ਉਹ ਕਰਨਲ ਸੀ, ਉਦੋਂ ਮੈਨੂੰ ਸਪੈਸ਼ਲ ਉਹਨਾਂ ਨੇ ਹੋਲਡਰ ਬਣਾਇਆ ਜਦੋਂ ਮੈਂ ਇੰਡੀਆ ਖੇਡ ਕੇ ਆਇਆ। ਬਾਸਕਟਬਾਲ ਬਿਜਲੀ ਬੋਰਡ 'ਚ ਤੁਸੀਂ ਜੋਬ ਕੀਤੀ ਹੈ, ਨੌਕਰੀ ਕੀਤੀ, ਅਤੇ ਉਹਨਾਂ ਨੇ ਕੋਈ ਵਿਸ਼ੇਸ਼ ਸਹਿਯੋਗ ਦਿੱਤਾ ਹੋਵੇ ਜਿਵੇਂ ਤੁਸੀਂ ਮਿਹਨਤ ਕਰ ਰਹੇ ਹੋ? ਮੈਨੂੰ ਸਹਿਯੋਗ ਬਹੁਤ ਵਧੀਆ ਮਿਲਦਾ ਰਿਹਾ ਸੀ, ਸਪੋਰਟਸ ਅਫਸਰ ਜਗਤਾਰ ਸਿੰਘ ਹੁੰਦਾ ਸੀਗਾ, ਸਭ ਵਧੀਆ, ਮੈਂ ਉਹਨਾਂ ਦੀ ਬਾਸਕਟਬਾਲ ਟੀਮ 'ਚ ਵੀ ਖੇਡਿਆ, ਅਤੇ ਬਾਕੀ ਜਦੋਂ ਗੇਮਾਂ ਹੁੰਦੀਆਂ ਸੀ, ਅਥਲੈਟਿਕ ਮੀਟ ਹੁੰਦੀ ਸੀ ਇੱਥੇ ਥਰਮਲ ਦੇ ਵਿੱਚ ਹੀ ਹੁੰਦੀ ਸੀ ਤਕਰੀਬਨ, ਕਿਉਂਕਿ ਸਟੇਡੀਅਮ ਅਤੇ ਬਾਕੀ ਉਹ ਹੈਗੇ ਗਰਾਊਂਡ ਇੱਥੇ ਵਾਧੂ, ਅਤੇ ਇਸ ਕਰਕੇ ਇੱਥੇ ਹੁੰਦੀਆਂ ਸੀ, ਅਤੇ ਇੱਥੇ ਹੁੰਦੇ ਸੀ ਤਾਂ ਮੈਂ ਪਾਰਟੀਸਪੇਟ ਕਰਦਾ ਸੀ ਅਤੇ ਲੈਂਦਾ ਹੁੰਦਾ ਸੀ, ਫਸਟ ਆਉਂਦਾ ਹੁੰਦਾ ਸੀ, ਮੈਂ ਗੋਲੇ 'ਚੋਂ ਫਸਟ ਆਉਂਦਾ ਸੀ, ਡਿਸਕ 'ਚੋਂ ਵੀ ਫਸਟ ਆਉਂਦਾ ਸੀ। ਇਹ ਜਿਵੇਂ ਜ਼ਿਆਦਾ ਲੋਕ 60 ਤੋਂ ਲੈ ਜੋ ਅੱਗੇ ਲੰਘਦੇ ਆ, ਥੋੜ੍ਹਾ ਕਮਜ਼ੋਰ ਹੋ ਜਾਂਦੇ ਆ ਜਾਂ ਉਹਨਾਂ ਦੀ ਸਿਹਤ ਜਿਹੜੀ ਹੈਲਦੀ ਨਹੀਂ ਰਹਿੰਦੀ, ਤੁਸੀਂ ਜਿਹੜੀ ਸਿਹਤ ਤੁਹਾਡੀ ਠੀਕ ਹੈ ਇਹਦੇ ਬਾਰੇ ਤੁਸੀਂ ਖੇਡਾਂ ਨੂੰ ਮੰਨਦੇ ਹੋ ਜਾਂ ਹੋਰ ਇਹਦੇ ਪਿੱਛੇ ਰਾਜ ਵੀ ਹੈਗਾ? ਹਾਂਜੀ, ਖੇਡਾਂ ਬਹੁਤ ਇੱਕ ਉੱਤਮ ਚੀਜ਼ ਹੈ, ਜਾਂ ਖੇਡਾਂ ਇੱਕ ਕੁਦਰਤ ਦਾ ਇੱਕ ਦੇਣ ਹੈ, ਇਹ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਹੈ, ਕੁਦਰਤੀ ਦੇਣ ਹੈ। ਮੈਨੂੰ ਪਹਿਲਾਂ ਬਚਪਨ ਤੋਂ ਹੀ ਪਹਿਲਾਂ ਇਹ ਮਾਲਕ ਨੇ ਬਖਸ਼ਿਆ ਹੋਇਆ, ਖੁਰਾਕ ਖਾਣ ਦਾ ਬਖਸ਼ਿਆ ਹੋਇਆ। ਮੈਂ ਡੇਲੀ ਹੁਣ ਵੀ, ਮੈਂ 78 ਸਾਲ ਦਾ, ਹੁਣ 78ਵਾਂ ਸਾਲ ਹੈ ਮੈਨੂੰ, ਅਤੇ 75+ 'ਚ ਮੈਂ ਲੈਣਾ ਹਿੱਸਾ ਮਤਲਬ ਬੈਟਰਨ ਦੇ ਵਿੱਚ, ਅਤੇ ਮੈਂ ਹੁਣ ਵੀ ਵਧੀਆ ਖੁਰਾਕ ਖਾਂਦਾ, ਰੋਜ਼ ਸੁਬਹਾ ਸੈਰ ਕਰਕੇ ਆਵਾਂ, ਸ਼ਾਮ ਨੂੰ ਡੇਲੀ ਮੈਂ ਜੰਗਲਾ ਕਾਲਜ ਦੇ ਵਿੱਚ ਵਾਲੀਬਾਲ ਖੇਡ ਕੇ ਆਉਣਾ, 2 ਘੰਟੇ 1.5 ਘੰਟਾ 2 ਘੰਟੇ। ਹਾਂ, ਬਸ ਇਹੀ ਰਾਜ ਹੈ, ਮੈਂ ਮੈਨੂੰ ਮਾਲਕ ਦਾ ਬੜੀ ਕਿਰਪਾ, ਮੈਨੂੰ ਕਦੇ ਕੋਈ ਇਹੋ ਜਿਹੀ ਜ਼ਰੂਰਤ ਨਹੀਂ ਪਈ ਕਿ ਕੋਈ ਮੈਨੂੰ ਦਵਾਈ ਲੈਣੀ ਪਵੇ ਜਾਂ ਆਹ ਲੈਣੀ ਹੋਵੇ ਜਾਂ ਉਹ ਕਰਨਾ ਪਵੇ। ਅੱਜ ਕੱਲ੍ਹ ਸਮਾਜ 'ਚ ਕਾਫੀ ਲੋਕ ਸਿਹਤ ਪੱਖੋਂ ਬਿਮਾਰ ਹੋ ਰਹੇ ਹੈ, ਅਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹਨਾਂ ਉਹ
ਬੱਚਿਆਂ ਨੂੰ ਬਹੁਤ ਵਧੀਆ ਇਹ ਮੈਂ ਤਾਂ ਸੁਨੇਹਾ ਦੇਣਾ ਚਾਹੁੰਦਾ ਹਾਂ ਵੀ ਅਸੀਂ ਜਦੋਂ 78 ਸਾਲ ਦੇ ਹੋ ਗਏ ਸਾਡਾ ਸਿਰ ਨਹੀਂ ਦੁਖਿਆ, ਤੁਸੀਂ ਅਡੋਪਟ ਕਰੋ ਨਾ ਖੇਡਾਂ 'ਚ ਕਰੋ। ਉਹ ਨਸ਼ਿਆਂ ਨੂੰ ਪੈ ਗਏ, ਨਸ਼ਿਆਂ ਦੇ 'ਚ ਨਸ਼ਾ ਨਸ਼ਾ ਤਾਂ ਗੇਮ ਨੂੰ ਬਰਬਾਦ ਕਰਦਾ, ਜਿਸ ਪਲੇਅਰ ਨੇ ਨਸ਼ਾ ਲਾ ਲਿਆ ਪਹਿਲਾਂ ਹੀ ਬਸ ਉਹ ਬਰਬਾਦ ਹੋ ਗਿਆ, ਫਿਰ ਉਹ ਤਰੱਕੀ ਨਹੀਂ ਕਰਦਾ ਹੈ। ਇਸ ਕਰਕੇ ਮੈਂ ਮਤਲਬ ਨਸ਼ੇ ਦੇ ਨੇੜੇ ਨਹੀਂ ਗਿਆ, ਹਾਂ ਪਹਿਲਾਂ ਬਿਲਕੁਲ ਜਮੀ ਨਹੀਂ ਗਿਆ ਸੀ। ਹਾਂ ਚਲੋ ਵੀ ਹੁਣ ਵੀ ਜੇ ਕਦੇ ਕਰ ਲਈਏ ਤਾਂ ਠੀਕ ਹੈ, ਕੋਈ ਆਇਆ ਗਿਆ ਹੋ ਜੇ, ਤੇ ਨਹੀਂ ਹੁਣ ਵੀ ਨਸ਼ੇ ਦਾ, ਨਸ਼ੇ ਤੋਂ ਤਾਂ ਮੈਂ ਪਰਹੇਜ਼ ਕਰਦਾ। ਮੈਂ ਖੁਰਾਕ ਨੂੰ ਪ੍ਰਾਇਓਰਟੀ ਦਿੰਦਾ, ਫਰੂਟ ਵਗੈਰਾ ਹਰ ਚੀਜ਼ ਮੈਂ ਲਿਆ ਕੇ ਰੱਖਦਾ, ਫਰੂਟ ਵਗੈਰਾ, ਬਦਾਮ ਵਗੈਰਾ, ਕਾਜੂ ਵਗੈਰਾ। ਦੁੱਧ ਅਸੀਂ ਦੋ ਮੀਆਂ ਬੀਬੀਆਂ 2 ਕਿਲੋ ਲੈਂਦੇ ਹਾਂ ਅਸੀਂ, ਪੱਤਾ ਨੂੰ ਵਾਧੂ ਕਹਿੰਦਾ, ਹੁਣ ਤਾਂ ਮੈਂ ਨਹੀਂ ਰੱਖਦੇ ਹਾਂ ਅਸੀਂ, ਲੇਕਿਨ 20-25 ਸਾਲ ਨਾਲ ਮੈਂ ਰੱਖੀ ਹੈ, ਮੈਂ ਮੇਨਟੇਨ ਰੱਖਦਾ ਆਪਣੇ ਸਰੀਰ ਨੂੰ ਪੂਰਾ ਵਧੀਆ ਮੇਨਟੇਨ ਰੱਖਦਾ। ਹਾਂਜੀ, ਤੇ ਜਿਵੇਂ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਰਕਾਰਾਂ ਜਾਂ ਖਿਡਾਰੀਆਂ ਦੇ ਕਿੰਨਾ ਕੰਮ ਹੋ ਰਿਹਾ, ਵੀ ਲੋੜ ਹੈਗੀ ਹੈ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਕਿ ਕਾਫੀ ਕੰਮ ਹੋ ਰਿਹਾ? ਹਾਂਜੀ, ਸਰਕਾਰਾਂ ਕਰਦੀਆਂ ਤਾਂ ਬਹੁਤ ਕੁਛ ਨੇ, ਪਰ ਸਰਕਾਰਾਂ ਆਪ ਪੈਸੇ ਕੰਨੀਆਂ ਉਹਨਾਂ ਸਹਿਯੋਗ ਨਹੀਂ ਦੇ ਰਹੀਆਂ ਜਿੰਨਾ ਮਤਲਬ ਪਲੇਅਰ ਨੂੰ ਦੇਣਾ ਚਾਹੁੰਦਾ ਹੈ। ਜਿਵੇਂ ਹੁਣ ਬੈਟਰ ਅਸੀਂ ਅਸੀਂ ਸਾਡਾ ਅਸੀਂ ਕਿਹਨਾਂ ਨੂੰ ਕਹਿੰਦੇ ਹਾਂ ਵੀ ਅਸੀਂ, ਮੈਂ ਹੁਣ 14 ਸਾਲ ਹੋ ਗਏ ਮੈਨੂੰ ਕੰਟੀਨਿਊਸ ਇੰਡੀਆ 'ਚੋਂ ਫਸਟ ਆਉਂਦੇ ਨੂੰ, ਮੈਨੂੰ ਹਰੇਕ ਵਾਰੀ ਔਫਰ ਆਉਂਦੀ ਹੈ ਕਿ ਵੀ ਤੁਸੀਂ ਏਸ਼ੀਆ ਵਾਸਤੇ ਫਲਾਂ ਕਿਤੇ ਵੀ ਹੋ ਰਹੀ ਹੈ, ਜਪਾਨ ਹੋ ਰਿਹਾ ਹੈ ਜਾਂ ਕੈਨੇਡਾ ਹੋ ਰਿਹਾ ਜਾਂ ਮਲੇਸ਼ੀਆ ਹੋ ਰਿਹਾ, ਕਿਤੇ ਵੀ ਹੁੰਦਾ ਉੱਥੇ ਵਾਸਤੇ ਔਫਰ ਆਉਂਦੀ ਹੈ, ਮੈਨੂੰ ਲੈਟਰ ਆਉਂਦਾ ਬਕਾਇਦਾ ਉੱਥੋਂ ਪੰਜਾਬ 'ਚੋਂ ਵੀ ਤੂੰ ਇੰਨੇ ਪੈਸੇ ਭਰ, 1-1.5 ਲੱਖ ਰੁਪਇਆ, ਤਕਰੀਬਨ 1.5 ਲੱਖ ਰੁਪਇਆ ਲੱਗਦਾ ਹੈ ਉੱਥੇ ਜਾਣ ਦਾ, ਉਹਦੇ ਵਿੱਚ ਸਾਨੂੰ ਕਿਰਾਇਆ ਤੱਕ ਵੀ ਨਹੀਂ ਦਿੰਦੀ ਹੈ ਗੌਰਮੈਂਟ। ਇਸ ਕਰਕੇ ਅਸੀਂ ਫਿਰ ਮੈਂ ਇਗਨੋਰ ਕਰਦਾ ਨਾ ਉਹਨੂੰ ਵੀ ਚਲੋ ਉਹ ਆਪਣੇ ਬੱਚਿਆਂ ਦੇ ਲਾਵਾਂਗੇ, ਤੇ ਜੇ ਸਾਨੂੰ ਕਿਰਾਇਆ ਵੀ ਦੇਵੇ ਨਾ ਗੌਰਮੈਂਟ ਅਸੀਂ ਜਾਣ ਨੂੰ ਤਿਆਰ ਹਾਂ, ਖਰਚਾ ਆਪਦਾ ਕਰ ਲਾਂਗੇ ਅਸੀਂ 20-30 ਹਜ਼ਾਰ ਜਿਹੜਾ, ਲੇਕਿਨ ਜਿਹੜਾ ਕਿਰਾਇਆ 60-70 ਹਜ਼ਾਰ ਜਾਂ ਜਹਾਜ਼ ਦਾ ਕਿਰਾਇਆ ਉਹ ਤਾਂ ਗੌਰਮੈਂਟ ਦੇਵੇ ਨਾ, ਗੌਰਮੈਂਟ ਨਹੀਂ ਦਿੰਦੀ ਹੈਗੀ ਉਹ ਬਿਲਕੁਲ ਨਾ, ਕੋਈ ਸੋਚਾ ਨਹੀਂ ਕਰ ਰਹੀ। ਤੇ ਇੱਕ ਤੁਹਾਡੇ ਤੋਂ ਇਹ ਜਾਣਾਂਗੇ ਜਿਵੇਂ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ, ਤੁਸੀਂ ਐਜ਼ ਸਪੋਰਟਸਮੈਨ ਐਜ਼ ਏ ਪੰਜਾਬੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸੰਘਰਸ਼ ਵਿਚਾਰੇ ਕਿਸਾਨਾਂ ਦਾ ਬਹੁਤ ਹੀ ਅਹਿਮ ਜਗ੍ਹਾ 'ਤੇ ਪਹੁੰਚ ਚੁੱਕਾ ਹੈ, 3 ਮਹੀਨੇ ਹੋ ਗਏ ਉਹਨਾਂ ਨੂੰ ਹੁਣ ਕੰਟੀਨਿਊ ਬੈਠਿਆਂ ਨੂੰ, ਪਹਿਲਾਂ ਉਹ 4 ਮਹੀਨੇ ਪਹਿਲਾਂ 7 ਮਹੀਨੇ ਹੋ ਗਏ ਤਾਂ 8 ਮਹੀਨੇ ਉਹਨਾਂ ਵਿਚਾਰਿਆਂ ਨੂੰ ਸੜਕਾਂ 'ਤੇ ਢੂਹੇ ਰਗੜਾਉਂਦਿਆਂ ਨੂੰ। ਗੌਰਮੈਂਟ ਟਸਟ ਤੋਂ ਮਤ ਨਹੀਂ ਕਰ ਰਹੀ ਇਹ, ਮਤਲਬ ਉਹਨਾਂ ਮੇਰੇ ਆਪਣੇ ਵਿਚਾਰਾਂ ਨਾਲ ਗੌਰਮੈਂਟ ਨੂੰ ਇਹਦਾ ਹੱਲ ਕੱਢਣਾ ਚਾਹੀਦਾ। ਹੱਲ ਕਿਵੇਂ ਕੱਢਣਾ ਚਾਹੀਦਾ? ਵੀ ਉਹ ਰਾਜਾ ਹੁੰਦਾ ਨਾ ਜਿਹੜਾ, ਰਾਜਾ ਪ੍ਰਜਾ ਦੀ ਸੁਣਦਾ ਹੁੰਦਾ ਨਾ, ਕਿ ਰਾਜਾ ਹੈਂਕਰਬਾਜ਼ੀ ਕਰਦਾ ਹੁੰਦਾ, ਉਹ ਤਾਂ ਡਿਕਟੇਟਰਸ਼ਿਪ ਹੋ ਗਈ। ਇਹ ਡਿਕਟੇਟਰਸ਼ਿਪ ਕਰ ਰਿਹਾ ਤਾਂ ਗੌਰਮੈਂਟ ਤਾਂ ਡਿਕਟੇਟਰਸ਼ਿਪ ਕਰ ਰਹੀ ਹੈ, ਹੁਣ ਇਹ ਹੱਲ ਕੱਢਣ ਦਾ ਕੰਮ ਨਹੀਂ ਹੈ ਕੋਈ। ਕਿਸਾਨ ਵਿਚਾਰੇ ਬਹੁਤ ਮਜੂਸ ਹੋ ਕੇ ਤੇ ਬੜਾ ਹੀ ਉਹ ਕਰਕੇ ਬੈਠੇ ਹੋਏ ਨੇ, ਇਹਨਾਂ ਦੀ ਮੰਨਣੀ ਚਾਹੀਦੀ ਹੈ, ਇਹ ਜਿਹੜੇ ਕਾਲੇ ਕਾਨੂੰਨ ਇਹ ਰੱਦ ਹੋਣੇ ਚਾਹੀਦੇ ਜੀ। ਅਖੀਰ ਵਿੱਚ ਸਾਨੂੰ ਇਹ ਦੱਸੋ ਵੀ ਬਹੁਤੇ ਲੋਕ ਕਹਿੰਦੇ ਆ, ਤੁਸੀਂ ਵੀ ਉਮਰ ਕਾਫੀ ਤੁਹਾਡੀ 78 ਸਾਲ ਦੀ ਦੱਸ ਰਹੇ ਹੋ, ਪ੍ਰਵੇਸ਼ ਕਰਕੇ 78 ਸਾਲ ਦਾ, ਵੀ ਇਹ ਜਿਹਾ ਆਪਾਂ ਨੂੰ ਭਾਰਤ ਨੂੰ ਪ੍ਰਧਾਨ ਮੰਤਰੀ ਨਹੀਂ ਮਿਲਿਆ, ਇਹ ਕਿੰਨੀ ਗੱਲ ਸੱਚ ਲੱਗਦੀ ਹੈ? ਲੋਕਤੰਤਰ ਖਤਮ ਹੋ ਰਿਹਾ, ਲੋਕਾਂ ਦੀ ਆਵਾਜ਼ ਨਾ ਜਿਹੜੀ ਉਹ ਗੋਡ ਦੀ ਆਵਾਜ਼ ਹੁੰਦੀ ਹੈ, ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਹੁਣ ਲੋਕ ਸਾਰੇ ਇਹ ਕਹਿ ਰਹੇ ਨੇ ਵੀ ਇਦੋਂ ਪਹਿਲਾਂ ਜਿੰਨੇ ਪ੍ਰਧਾਨ ਮੰਤਰੀ ਆਏ ਉਹਨਾਂ ਸਾਰੇ ਪ੍ਰਧਾਨ ਮੰਤਰੀਆਂ ਤੋਂ ਇਹ ਮਤਲਬ ਡਿਕਟੇਟਰ ਪ੍ਰਧਾਨ ਮੰਤਰੀ ਹੈ, ਇਹਨੂੰ ਆਪਣੀ ਹੈਂਕੜ ਛੱਡਣੀ ਚਾਹੀਦੀ ਹੈ, ਕਿਉਂਕਿ ਇਹ ਅਡਾਨੀਆਂ ਬਾਨੀਆਂ ਦਾ ਨੂੰ ਵੇਚ ਰਿਹਾ, ਹੁਣ ਰੇਲਵੇ ਵੀ ਵੇਚਤੀ, ਕਿਲ੍ਹਾ ਵੀ ਵੇਚਤਾ, ਬਾਕੀ ਸਾਰਾ ਕੁਛ ਵੀ ਵੇਚਣ 'ਤੇ ਤੁਲਿਆ ਹੋਇਆ। ਪ੍ਰਾਈਵੇਟੇਸ਼ਨ ਕਰਕੇ ਸਾਡੇ ਬੱਚੇ ਕਿੱਧਰ ਜਾਣਗੇ? ਇਹ ਤਾਂ ਬਹੁਤ ਮਾੜੀ ਗੱਲ ਹੈ। ਹਾਂ, ਇਸ ਕਰਕੇ ਉਹਨਾਂ ਨੂੰ ਇਹਦਾ ਹੱਲ ਕੱਢਣਾ ਚਾਹੀਦਾ, ਕਿਸਾਨਾਂ ਨੂੰ ਇੰਨੇ ਚਿਰ ਤੋਂ ਵਿਚਾਰੇ ਰੋਲ ਰਹੇ ਨੇ, ਉਹਨਾਂ ਦੀ ਸੁਣਨੀ ਚਾਹੀਦੀ ਹੈ। ਚਲੋ, ਪਹਿਲਾਂ ਵੀ ਤੁਹਾਨੂੰ ਅਖੀਰ ਕਹਿਤਾ ਸੀ, ਅਤੇ ਕੀ ਸੁਣਿਆ ਹੈਗਾ ਸਮਾਜ ਨੂੰ, ਜਿਸ ਹਿਸਾਬ ਨਾਲ ਕਈ ਵਾਰੀ ਨੌਜਵਾਨ ਨਸ਼ੇ ਵਾਲੇ ਪਾਸੇ ਵੀ ਜਾ ਵੜਦਾ, ਸਮਾਜ ਹੋਰ ਵੀ ਕ੍ਰਿਤੀਆਂ ਪ੍ਰਵੇਸ਼ ਕਰ ਜਾਂਦੀਆਂ, ਕੀ ਕਹਿਣਾ ਚਾਹੁੰਦਾ, ਕੀ ਸੁਣਿਆ ਤੁਹਾਡਾ? ਦੇਖੋ, ਸਮਾਜ ਨੂੰ ਸਾਰੇ ਬੱਚਿਆਂ ਨੂੰ ਮੇਰੀ ਹੱਥ ਬਣ ਕੇ ਬੇਨਤੀ ਹੈ ਵੀ ਤੁਸੀਂ ਸਪੋਰਟਸ ਵਾਲੇ ਪਾਸੇ ਜਾਓ, ਨਾ ਕਿ ਨਸ਼ਿਆਂ ਵਾਲੇ ਪਾਸੇ ਜਾਓ। ਸਪੋਰਟਸ ਜਾਓਗੇ, ਸਪੋਰਟਸ ਤੁਹਾਨੂੰ ਜਦੋਂ ਮਿਲਣਗੀਆਂ ਕਾਮਯਾਬੀਆਂ ਮਿਲਣਗੀਆਂ, ਕਾਮਯਾਬੀਆਂ ਮਿਲਣਗੀਆਂ, ਤੁਸੀਂ ਆਪਣੇ ਆਪ ਹੀ ਜਿਹੜਾ ਨਸ਼ਾ ਹੈ ਉਹ ਨਸ਼ਾ ਤੁਸੀਂ ਆਪਣੇ ਆਪ ਹੀ ਤਿਆਗ ਦਿਓਗੇ। ਨਸ਼ੇ ਨੂੰ ਤੁਸੀਂ ਨਸ਼ੇ ਵੱਲ ਜਾਣਾ ਨਹੀਂ, ਜਦੋਂ ਤੁਸੀਂ ਹੁਣ ਮੇਰੇ 'ਤੇ ਲਾ ਲਓ ਵੀ ਮੈਂ ਜੇ ਕਿਤੇ ਵੀ ਗਿਆ ਹੋਵਾਂ ਤੇ ਮੈਨੂੰ ਉਹ ਪਹਿਲਾਂ ਯਾਦ ਆਉਂਦਾ ਕਿ ਮੈਂ ਰਜਿੰਦਰਾ ਕਾਲਜ ਵਾਲੀਬਾਲ ਖੇਡਣ ਜਾਣਾ, ਮੈਂ ਉੱਥੋਂ ਪਹਿਲਾਂ ਭੱਜਦਾ ਕਿਸੇ ਰਿਸ਼ਤੇਦਾਰੀ 'ਚ ਗਿਆ ਹੋਵਾਂ ਮੈਂ। ਇਸ ਕਰਕੇ ਉਸ ਬੰਦੇ ਨੂੰ ਨਸ਼ਾ ਹੋ ਜਾਂਦਾ, ਮੈਨੂੰ ਤੁਹਾਨੂੰ ਸਪੋਰਟਸ ਦਾ ਨਸ਼ਾ, ਵਾਧੂ ਨਸ਼ਾ ਇੰਨਾ ਹੀ, ਵਾਧੂ ਨਸ਼ਾ ਪੂਰਾ ਨਸ਼ਾ ਰਹਿੰਦਾ। ਹਾਂ, ਸਪੋਰਟਸ ਦਾ ਵੀ ਮੈਂ ਤਾਂ ਹੱਥ ਨੇ ਖੇਡਣ ਜਾਣਾ, ਬਸ 4 ਵੱਜ ਗਏ, ਚਲੋ ਜੀ 4:15 ਚੱਲੀ ਗਏ, 4:30 ਗੇਮ ਲਾਵਾਂਗੇ, 6 ਵਜੇ ਤੇ 1.5 ਘੰਟਾ ਕੁੱਟਾਂਗੇ, ਮੁੜ ਕੱਪ ਪਸੀਨਾ ਕੱਢਾਂਗੇ, ਪਸੀਨਾ ਕੱਢ ਕੇ ਆ ਕੇ ਆਪਦਾ ਨਹਾ ਕੇ ਰੋਟੀ ਖਾ ਕੇ ਸੌਂਜੋਗੇ, ਪਤਾ ਨਹੀਂ ਲੱਗਦਾ ਤੜਕੇ ਚੱਕਰ। ਹਾਂ, ਬਹੁਤ ਬਹੁਤ ਧੰਨਵਾਦ ਜੀ। ਅੱਛਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਗੱਲਬਾਤ ਕਰ ਰਹੇ ਸਨ ਸਪੋਰਟਸਮੈਨ ਸੁਖਦੇਵ ਸਿੰਘ, ਜਿਹੜੇ 78 ਸਾਲ ਦੇ ਹੋ ਗਏ ਅਤੇ ਉਹ ਅਜੇ ਵੀ ਜਿਹੜੇ ਗੇਮ ਜਾਰੀ ਰੱਖਦੇ ਨੇ, ਅਤੇ ਉਹਨਾਂ ਨੇ ਕਾਫੀ ਨਾਮਣਾ ਖੱਟਿਆ, ਅਤੇ ਉਹਨਾਂ ਦਾ ਨੌਜਵਾਨਾਂ ਨੂੰ ਵੀ ਇਹੀ ਸੁਨੇਹਾ ਵੀ ਜਿਹੜਾ
ਖੇਡਾਂ ਨਾਲ ਜੁੜ ਕੇ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਰਹੀ ਸਕਦੀ ਹੈ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।